ਮੈਨੂੰ ਪਤਾ ਹੈ ਮੈਂ ਉਹਨਾਂ ਬੰਦਿਆਂ 'ਚ ਬੈਠਾ ਜਿਹੜੇ ਫੈਸਲਾਬਾਦ 'ਚ ਰਹਿੰਦੇ ਨੇ ਅਤੇ ਜ਼ਿੰਦਾ ਦਿਲ ਲੋਕ ਨੇ ਇਸ ਸ਼ਹਿਰ ਨੂੰ ਸ਼ਹਿਰੇ ਨਾਥ ਕਹਿੰਦੇ ਨੇ ਜਿੱਥੋਂ ਨਾਥ ਸੁਣਨ ਦਾ ਵੀ ਵੱਲ ਆਉਂਦਾ ਅਤੇ ਸੁਣਾਉਣ ਦਾ ਵੀ। ਅੱਛਾ ਜੀ, ਮੈਂ ਕਿਹਾ 70,000 ਫੀਸਾ ਸੁਬਾਹ ਆਉਂਦਾ ਹੈ ਅਤੇ 70,000 ਸ਼ਾਮ ਨੂੰ, ਜਿੱਥੇ ਗੌਸ, ਕੁਤਬ, ਅਬਦਾਲ, ਤਾਬੀ ਸਾਰੇ ਫਰਿਸ਼ਤਾ ਇੱਕ ਵਾਰੀ ਆਵੇ ਤੇ ਫਿਰ ਦੁਬਾਰਾ ਵਾਰੀ ਨਹੀਂ ਆਉਂਦੀ। ਤੇ ਸ਼ਕੀਲ ਕਾਦਰੀ, ਤੂੰ ਉਸ ਰੋਜ਼ੇ ਵੱਲ ਜਾ ਰਿਹਾ, ਤੂੰ ਵੀ ਨਾਲ ਕੋਈ ਵਕੀਲ ਲੈ ਜਾ, ਜਿਹੜਾ ਵਕੀਲ ਤੇਰੇ ਹੱਕ ਵਿੱਚ ਬੋਲੇ, ਐਸਾ ਬੋਲੇ ਸਾਈਂ ਤੇਰੇ ਵੱਲ ਨਾ ਵੇਖਣ, ਤੇਰੇ ਵਕੀਲ ਵੱਲ ਵੇਖਣ। ਜਿਹੜਾ ਬੰਦਾ ਬੈਠਾ ਹੈ, ਮੈਂ ਜੁਮਲੇ ਉਦੋਂ ਦੇਣੇ ਨੇ ਜਦੋਂ ਤੁਹਾਡੀ ਤਬੀਅਤ ਬਾਹਵੇਂ ਅਰੂਜ ਵੱਲ ਗਈ। ਯਾ ਰਸੂਲ ਅੱਲਾਹ, ਪੰਜਤਨ ਪਾਕ ਦੇ ਗੁਲਾਮਾਂ ਦੀ ਮਹਿਫਿਲ ਏ, ਇਸੇ ਨਿਸਬਤ ਨਾਲ ਦੋ ਜੁਮਲੇ ਦੇਣੇ ਨੇ। ਜਿਹੜਾ ਮਹਿਫਿਲ ਵਿੱਚ ਨੌਕਰ ਬੈਠਾ ਹੈ ਨਾ, ਉਹ ਇੱਕ ਵਾਰੀ ਮੂੰਹ ਚ ਬੋਲੇ ਸੁਭਾਨ ਅੱਲਾਹ, ਜਿਹੜਾ ਚੌਧਰੀ ਬੈਠਾ ਹੈ ਨਾ ਬੋਲੇ, ਚੌਧਰੀ ਬੰਦਾ ਨਾ ਬੋਲੇ, ਜਿਹਦੀ ਧੌਣ ਚ ਸਰੀ ਆ ਉਹ ਵੀ ਨਾ ਬੋਲੇ, ਜਿਹਨੂੰ ਬਹੁਤਾ ਪੈਸੇ ਤੇ ਮਾਣ ਹੈ ਉਹ ਵੀ ਨਾ ਬੋਲੇ, ਜਿਹੜਾ ਮਾਂ ਫਾਤਿਮਾ ਦੇ ਪੁੱਤਰਾਂ ਦਾ ਨੌਕਰ ਬੈਠਾ ਹੈ, ਜਰਾ ਇੱਕ ਵਾਰੀ ਸੁਭਾਨ ਅੱਲਾਹ ਦੀ ਆਵਾਜ਼ ਬੋਲੇ। ਗੁੰਬਦ ਖਜ਼ਰਾ ਹੈ ਸ਼ਾਹ ਜੀ, ਅੱਖਾਂ ਮੇਰੀਆਂ ਥੱਲੇ ਨੇ, ਮੈਂ ਆਪਣਾ ਵਕੀਲ ਪੇਸ਼ ਕਰਨ ਲੱਗਾ, ਵਕਾਲਤਨਾਮਾ ਤੁਹਾਨੂੰ ਪੇਸ਼ ਕਰਨਾ ਹੈ। ਜੇ ਤੁਹਾਨੂੰ ਮੇਰਾ ਵਕੀਲ ਚੰਗਾ ਲੱਗੇ ਨਾ, ਤੇ ਉਸ ਵਕੀਲ ਦੇ ਹੱਕ ਵਿੱਚ ਬੋਲਣਾ ਕਿ ਉਸ ਹੱਕ ਵਿੱਚ ਕਬੂਲ ਹੋ ਗਿਆ ਮੇਰਾ ਵਕੀਲ ਜੇ ਬੋਲਿਆ, ਫਿਰ ਇਸ ਜਹਾਨੀ ਵੀ ਕਰਮੀ ਕਰਮ ਹੈ ਤੇ ਉਸ ਜਹਾਨੀ ਵੀ। ਉੱਪਰ ਖਦਰਾ ਦਸਾਇਆ ਹੈ, ਸ਼ਕੀਲ ਕਾਦਰੀ ਦੇ ਹੱਥ ਜੁੜੇ ਨੇ, ਅੱਲਾ ਕਰੇ ਮੌਕਾ ਤੁਹਾਡੀ ਜ਼ਿੰਦਗੀ ਵਿੱਚ ਵੀ ਆਵੇ ਤੇ ਮੈਂ ਵਕੀਲ ਪੇਸ਼ ਕੀਤਾ ਹੈ। ਹਸਨ ਦਾ ਬਾਬਾ ਕਿਨੂੰ ਮੌਲਾ ਮੇਰਾ, ਹੁਸੈਨ ਦੀ ਕਸਮੇ, ਵੇਖੋ 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 ਨੌਕਰ ਹਸਨ ਦਾ ਬਾਬਾ, ਸਾਰੇ ਬੋਲੋ ਨਾ ਫਿਰ ਸਾਰੇ ਬੋਲੋ, ਮੌਲਾ ਮੇਰਾ ਹੁਸੈਨ ਦੀ ਕਸਮੇ, ਮੈਂ ਨੌਕਰ ਤੇਰਾ ਆਕਾ ਹਸਨ ਦਾ ਬਾਬਾ, ਤੂੰ ਮੌਲਾ ਮੇਰਾ ਹੁਸੈਨ ਦੀ ਕਸਮੇ, ਮੈਂ ਨੌਕਰ ਤੇਰਾ ਮੈਨੂੰ ਕਸਮ ਸੁਰਾਨ ਮਜੀਦ ਦੀਏ, ਹਸਨ ਦਾ ਬਾਬਾ ਤੂੰ ਮੌਲਾ ਮੇਰਾ ਹੁਸੈਨ ਦੀ ਕਸਮੇ। ਸ਼ਾਹ ਜੀ, ਮੈਨੂੰ ਬੜਾ ਦੁੱਖ ਹੁੰਦਾ ਹੈ, ਬੰਦਾ ਨੌਕਰ ਵੀ ਹੋਵੇ ਤੇ ਨਖਰਾ ਕਰੇ, ਉਹ ਨੌਕਰ ਕੀ, ਉਹ ਨੌਕਰ ਕੀ ਤੇ ਨਖਰਾ ਕੀ। ਇੱਕ ਨੌਕਰ ਐਸਾ ਹੈ ਜਿਹੜਾ ਰੰਗ ਦਾ ਕਾਲਾ ਹੈ, ਹਫਸ਼ ਦਾ ਰਹਿਣ ਵਾਲਾ ਹੈ, ਮੋਟੇ ਮੋਟੇ ਹੋਂਟ ਨੇ, ਚੱਲਦਾ ਮੱਕੇ ਦੀ ਗਲੀਆਂ ਵਿੱਚ ਤੇ ਆਵਾਜ਼ ਜੰਨਤ ਵਿੱਚ ਸੁਣਾਈ ਦਿੰਦੀ ਹੈ, ਹਸਨ ਦਾ ਬਾਬਾ। ਹੁਣ ਵੇਖਣਾ ਚਿਹਰਾ, ਚਿਹਰਾ ਵੇਖਣਾ, ਇਹ ਨੌਕਰ ਚੰਗੇ ਨੇ ਜਾਂ ਉਹ ਨੌਕਰਾਂ ਦੇ ਨੌਕਰ ਚੰਗੇ ਨੇ। ਇਹ ਅੱਲਾ ਕਰੇ ਸਾਨੂੰ ਵੀ ਉਹਨਾਂ ਨੌਕਰਾਂ ਵਿੱਚ ਨਾਮ ਲਿਖ ਜਾਏ। ਰੰਗ ਦਾ ਕਾਲਾ ਹੈ, ਉਮੀਆ ਦਾ ਗੁਲਾਮ ਹੈ। ਉਮੀਆ ਕੀ ਕਰਦਾ ਸੀ, ਗਰਮ ਰੇਤ ਤੇ ਲਿਟਾ ਕੇ, ਹੱਥਾਂ ਚ ਮੇਖਾ ਲਾ ਕੇ, ਸੀਨੇ ਤੇ ਪੱਥਰ ਰੱਖ ਕੇ ਕਹਿੰਦਾ ਸੀ, ਬਿਲਾਲ ਇਹ ਗੱਲ ਕਹਿਣੀ ਛੱਡ ਦੇ, ਇਹ ਗੱਲ ਕਹਿਣੀ ਛੱਡ ਦੇ। ਹਜ਼ਰਤ ਬਿਲਾਲ ਅਲ ਕਰਦੇ ਸੀ, ਉਮੀਆ ਓਏ, ਇਹ ਤੇ ਇੱਕ ਜਾਨ ਏ, ਹਜ਼ਾਰਾਂ ਜਾਨਾਂ ਵੀ ਹੋਣ ਤੇ ਨਬੀ ਤੋਂ ਮਾਰ ਕੇ ਇਹੀ ਕਰਾਂਗਾ। ਹਸਨ ਦਾ ਬਾਬਾ, ਨਹੀਂ ਬੋਲੋ ਯਾਰ, ਨਹੀਂ ਬੋਲੋ, ਸਾਰੇ ਬੋਲੋ, ਮੇਰਾ ਹੁਸੈਨ ਦੀ ਕਸਮੇ, ਐਡੀ ਵੱਡੀ ਕਸਮ, ਨੌਕਰ ਤੇਰਾ ਆਕਾ ਹਸਨ ਦਾ ਬਾਬਾ, ਤੂੰ ਮੌਲਾ ਮੇਰਾ। ਇੱਕ ਨੌਕਰ ਐਸਾ ਹੈ ਜਿਹੜਾ ਦਰਿਆ ਦੇ ਕਿਨਾਰੇ ਬੈਠਾ ਹੈ ਤੇ ਮਿੱਟੀ ਦੇ ਘਰ ਬਣਾ ਰਿਹਾ। ਇਹ ਵੀ ਨੌਕਰ ਹੈ, ਐਸੇ ਹੋਤੇ ਹੈ ਅਲੀ ਕੇ ਨੌਕਰ, ਐਸੇ ਹੋਤੇ ਹੈ, ਐਸੇ ਹੋਤੇ ਹੈ ਅਲੀ ਕੇ ਨੌਕਰ। ਇਹ ਕਿਹੜਾ ਇਹਦੇ ਅਪਰੋਚ ਵੇਖੋ, ਬੈਠਾ ਜ਼ਮੀਨ ਤੇ ਤੇ ਜੰਨਤ ਚ ਘਰ ਬਣਾ ਰਿਹਾ। ਖਲੀਫਾ ਹਾਰੂਨ ਰਸ਼ੀਦ ਦੀ ਬੀਵੀ ਕਹਿੰਦੀ, ਬਾਬਾ ਜੀ ਕੀ ਕਰਦੇ ਪਏ ਹੋ? ਹਜ਼ਰਤ ਬੇਲੋਲ ਫਰਮਾਨ ਲੱਗੇ, ਬੇਟਾ ਮੈਂ ਜੰਨਤ ਚ ਕੋਠੇ ਬਣਾ ਰਿਹਾ। ਬਾਬਾ ਜੀ ਵੇਚਦੇ ਹੋ? ਅਪਰੋਚ ਵੇਖ, ਜ਼ਮੀਨ ਤੇ ਬਹਿ ਕੇ ਜੰਨਤ ਵੇਚੀ ਜਾ ਰਿਹਾ। ਤੇ ਜਿਹਨੂੰ ਨੌਕਰੀ ਤੇ ਮਾਣ ਹੋਵੇ, ਮੂੰਹ ਚੋਂ ਸੁਭਾਨ ਅੱਲਾਹ ਦੀ ਆਵਾਜ਼ ਤੇ ਦੇਵੇ, ਮੈਨੂੰ ਪਤਾ ਲੱਗ ਜਾਏ ਨੌਕਰ ਕੈਸੇ ਬੈਠੇ। ਸਲਾਮ
ہوں بھی نہ بولیا پھر میں پھر نہیں بیٹھا بابا جی کوٹھے ویچ دیو جی بیٹا میں ویچنا بابا جی کنے دا ویچو گے پتر پانچ درہم دا حضرت خلیفہ ہارون رشید دی بیوی نے کڈے تے دتے حضرت بہلول فرمان لگے جا دیے تیرا جنت چ کوئی گھر بن گیا رات نو خواب آئی خلیفہ ہارون رشید نو وہ یقین نہیں کردا سی انہیں کی ویکھیا جنت چ سیر کر رہا ہے ایک کوٹھے تے بیوی دا نام لکھیا ہے داخل ہون لگا دربانا نے کہا نہیں الاٹمنٹ کرا کے لیاؤ دسیا ہے الاٹمنٹ فقیر کردے نے صبح آئے عرض کیتی بابا جی کی کردے پے ہو بادشاہ جی میں جنت گھر بنا رہا ہوں بابا جی کنے دا ویچو گے فرمان لگے بادشاہ جی تہاڈی ادھی بادشاہی عرض کیتی بابا جی کل میری بیوی نو پنج درہم دا ویچ دتا اج ادھی بادشاہی حضرت بہلول فرمان لگے وہ بن ڈٹھیا سودا کر کے گئی سی تو ویکھ کے سودا جو کر ایسے ہوتے ہیں میں جملہ دے کے تواڈے انہاں محفل والے دی طبیعت چیک کرنا ہے ملنگوں کی نگاہوں میں عجب مستی نظر آئی بلندی آسمانوں کی انہیں پستی نظر آئی کبھی بہلول نے بیچی کبھی ہر نے خریدی خدا بندہ تیری جنت بڑی سستی نظر آئی ایسے ہوتے ہیں علی کے نوکر سارے بولو سارے بولو ایک مولا علی دا بھی نوکر ایسا ہے جڑا کھجوراں دا کم کردا ہے نہیں لگی سمجھ کھجوراں دا کم کردا ہے او دا نام ہے حضرت مسمے تمار میرے مولا مرتضی فرمان لگے مسن تیری زبان علی دی محبت وچ کٹی جائے گی پھر اس کھجور دے درخت نال تینوں پھانسی تے لٹکایا جائے گا تے حضرت مسم کھجور دے درخت نوں پانی دین لگ پئے او کدوں تو جوان ہونا ہے انہاں نے زبانہ کی کٹان کے جنہاں دی زبان تو سبحان اللہ امتحان دینا وڈی گل ہے امتحان دا سوچنا ہور گل ہے کھجور دے درخت نوں پانی دین لگ پئے او تو کدوں جوان ہوویں گا کدوں علی دی محبت میری زبان کٹی جائے گی پھر وقت بھی آیا وقت دے یزید نے زبان کٹی تے کھجور دے درخت نہ لٹکایا کہ حضرت مسم نے کھجور دے لٹک کے کی فرمایا فراز دار سے مسم بیان دیتے ہیں رہے گا نام علی ہم زبان دیتے ہیں سادات کا غلام میں نوکر علی کے لیے سادات کا غلام میں نوکر علی کو سادات کا غلام میں نوکر علی سیدہ نے ہاتھ نو چکیا ہے جڑا اس ولی ہاتھ چکے گل کرے نا میں نوکر دیرا اسے سال رمضان جو اس تو نوکر دا ہاتھ کعبے دی دیوار نو لگے جا کے جڑا کرے سارے بولو سارے بولو تیرا میں نوکر تیرا 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 فرشتوں فرشتوں نے بھی قبر میں کیا حیا جب میں نے کہا میں نوکر تیرا سلامت